Thank you.
ਆਖੋ ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ। ਸੰਸਾਰ ਵਿੱਚ ਪ੍ਰੇਮ ਅਤੇ ਭਗਤੀ ਦੀਆਂ ਅਨੇਕਾਂ ਹੀ ਸਾਖੀਆਂ ਹਨ, ਜਿਨ੍ਹਾਂ ਨੂੰ ਬਿਆਨ ਕਰਨ ਲੱਗਿਆਂ ਹਜ਼ਾਰਾਂ ਹੀ ਗ੍ਰੰਥ ਤਿਆਰ ਕੀਤੇ ਜਾ ਸਕਦੇ ਹਨ। ਇਤਿਹਾਸ ਪੜ੍ਹਿਆ ਹੀ ਪਤਾ ਚੱਲਦਾ ਹੈ ਕਿ ਭਗਤ ਸੀਪੇ ਦੀ ਪਤਨੀ ਸੰਤਾਂ ਦੇ ਸੇਵਾ ਕਰਨ ਦੇ ਬਦਲੇ ਬਾਣੀਏ ਕੋਲ ਜਾਣ ਲਈ ਤਿਆਰ ਹੋ ਗਈ ਸੀ। ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਸੰਮਨ ਦੇ ਮੁਸਨ ਹੋਏ ਹਨ, ਜੋ ਕਿ ਪਿਓ ਪੁੱਤਰ ਸਨ। ਉਹ ਲਾਹੌਰ ਵਿੱਚ ਰਹਿ ਕੇ ਮਿਹਨਤ ਮਜ਼ਦੂਰੀ ਕਰਕੇ ਆਪਣੇ ਘਰ ਦਾ ਖਰਚਾ ਚਲਾਇਆ ਕਰਦੇ ਸਨ। ਸਾਧ ਸੰਗਤ ਜੀ, ਇੱਕ ਵਾਰ ਸਤਿਗੁਰ ਜੀ ਨੇ ਲਾਹੌਰ ਵਿਖੇ ਦਰਸ਼ਨ ਦੇਣੇ ਸਨ। ਸਤਿਗੁਰ ਜੀ ਨੇ ਦਰਸ਼ਨ ਦਿੱਤੇ, ਲੋਕ ਜਿਹੜੇ ਉੱਥੇ ਦੇ ਲੋਕ ਰਹਿਣ ਵਾਲੇ ਸਨ, ਹੁੰਮ ਹੁਮਾ ਕੇ ਸਤਿਗੁਰ ਜੀ ਦਾ ਦਰਸ਼ਨ ਕਰਨ ਆਉਣ ਲੱਗੀਆਂ ਸੰਗਤਾਂ। ਜਿਹੜੇ ਬਹੁਤੇ ਵੱਡੇ ਲੋਕ ਸਨ, ਭਾਵ ਕਹਿਣ ਦਾ ਮਤਲਬ ਕਿ ਜਿਨ੍ਹਾਂ ਕੋਲ ਪੈਸੇ ਜ਼ਿਆਦਾ ਸਨ, ਉਹ ਪ੍ਰਸ਼ਾਦਾ ਤਿਆਰ ਕਰਕੇ, ਲੰਗਰ ਪਾਣੀ ਤਿਆਰ ਕਰਕੇ ਉੱਥੇ ਆਉਂਦੀਆਂ ਅਤੇ ਉਹਨਾਂ ਨੂੰ ਛਕਾਉਂਦੀਆਂ। ਜਿਵੇਂ ਸਾਧ ਸੰਗਤ ਜੀ, ਸਭ ਆਖੋ ਧੰਨ ਸ਼੍ਰੀ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ ਜੀ। ਜਿਵੇਂ ਸਾਡਾ ਵੀ ਬਹੁਤ ਦਿਲ ਕਰਦਾ ਹੈ ਕਿ ਸਤਿਗੁਰ ਜੀ ਸਾਡੇ ਘਰ ਆਉਣ, ਅਸੀਂ ਵੀ ਉਹਨਾਂ ਨੂੰ ਪ੍ਰਸ਼ਾਦਾ ਛਕਾਈਏ, ਸਾਧ ਸੰਗਤ ਸਾਡੇ ਘਰ ਚਰਨ ਪਾਉਣ ਅਤੇ ਅਸੀਂ ਵੀ ਉਹਨਾਂ ਦਾ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਉਹਨਾਂ ਨੂੰ ਛਕਾਈਏ। ਸਾਧ ਸੰਗਤ ਜੀ, ਯਾਦ ਰੱਖਣਾ, ਇਹ ਨਸੀਬਾਂ ਵਾਲੇ ਦੇ ਭਾਗ ਵਿੱਚ ਹੀ ਲਿਖਿਆ ਹੁੰਦਾ ਹੈ, ਜਿਨ੍ਹਾਂ ਨੇ ਸਤਿਗੁਰ ਜੀ ਦਾ ਪ੍ਰਸ਼ਾਦਾ ਤਿਆਰ ਕਰਨਾ ਹੁੰਦਾ ਹੈ। ਸਾਧ ਸੰਗਤ ਜੀ, ਸੰਮਨ ਅਤੇ ਮੁਸਨ ਦਾ ਵੀ ਦਿਲ ਕੀਤਾ ਕਿ ਅਸੀਂ ਵੀ ਸਤਿਗੁਰ ਜੀ ਨੂੰ ਘਰ ਬੁਲਾਈਏ ਅਤੇ ਪ੍ਰਸ਼ਾਦਾ ਤਿਆਰ ਕਰਕੇ ਉਹਨਾਂ ਨੂੰ ਛਕਾਈਏ। ਪਰ ਗਰੀਬੀ ਬਹੁਤ ਸੀ, ਬਹੁਤ ਸੋਚਿਆ, ਅਖੀਰੀ ਉਹਨਾਂ ਨੂੰ ਇੱਕ ਢੰਗ ਸੁਝਿਆ। ਸੋਚਦੇ ਰਹੇ, ਢੰਗ ਸੁਝਿਆ ਕਿ ਉਹਨਾਂ ਦੇ ਘਰ ਦੇ ਕੋਲ ਇੱਕ ਹਲਵਾਈ ਰਹਿੰਦਾ ਸੀ, ਜੋ ਦੋਨੋਂ ਜਾਣੇ ਜਗਤ ਰਾਮ ਕੋਲ ਗਏ ਅਤੇ ਆਖਣ ਲੱਗੇ ਕਿ ਭਾਈ ਜੀ, ਜੇਕਰ ਤੁਸੀਂ 50 ਕੁ ਸਿੱਖਾਂ ਦਾ ਪ੍ਰਸ਼ਾਦਾ ਤਿਆਰ ਕਰ ਦੇਵੋ, ਅਸੀਂ ਸਾਧ ਸੰਗਤ ਨੂੰ ਛਕਾਉਣਾ ਹੈ ਤਾਂ ਸਾਡੀ ਸ਼ਰਧਾ ਵੀ ਪੂਰੀ ਹੋ ਜਾਵੇਗੀ ਅਤੇ ਅਸੀਂ ਤੁਹਾਨੂੰ ਪੈਸੇ ਕਮਾ ਕੇ ਹੌਲੀ ਹੌਲੀ ਵਿਆਸ ਨੇ ਤੁਹਾਨੂੰ ਵਾਪਿਸ ਕਰ ਦੇਵਾਂਗੇ। ਹਲਵਾਈ ਨੇ ਹਾਂ ਕਰ ਦਿੱਤੀ। ਸਾਧ ਸੰਗਤ ਜੀ, ਉਹ ਖੁਸ਼ੀ ਖੁਸ਼ੀ ਸਤਿਗੁਰ ਜੀ ਕੋਲ ਗਏ, ਸਤਿਗੁਰ ਜੀ ਨੂੰ ਅਰਜ਼ ਕੀਤੀ। ਸਤਿਗੁਰ ਜੀ ਅੰਤਰਜਾਮੀ ਸਭ ਜਾਣਦੇ ਸਨ, ਆਖਣ ਲੱਗੇ, ਜਾ ਸਿੱਖਾ, ਤੇਰੀ ਸ਼ਰਧਾ ਪੂਰੀ ਹੋਵੇਗੀ। ਸਤਿਗੁਰ ਜੀ ਦਾ ਇਹ ਬਚਨ ਸੁਣ ਕੇ ਉਹ ਹਲਵਾਈ ਕੋਲ ਆ ਗਏ ਅਤੇ ਉਹਨੂੰ ਆਖਿਆ ਕਿ ਤੂੰ ਪ੍ਰਸ਼ਾਦਾ ਤਿਆਰ ਕਰ ਦੇਵੇ। ਸਾਧ ਸੰਗਤ ਜੀ, ਜੇ ਸੰਸਾਰ ਵਿੱਚ ਭਗਤ ਆਏ ਹਨ ਅਤੇ ਨਾ ਹਿੰਦਕਾਂ ਦਾ ਕੋਈ ਘਾਟਾ ਨਹੀਂ, ਉਹ ਵੀ ਨਾਲ ਹੀ ਤੁਰੇ ਆਏ ਹਨ। ਗੁਰਬਾਣੀ ਵਿੱਚ ਵੀ ਨਿੰਦਕਾਂ ਬਾਰੇ ਲਿਖਿਆ ਹੈ, ਨਿੰਦਾ ਪਲੀ ਕਿਸੈ ਕੀ ਨਾਹੀ, ਮਨ ਮੁਖ ਮੁਗਧ ਕਰਿ। Thank you.
याद रखना किसी गरीब का दिल दुखाइए और दिल विच यही आवाज आएगी ते दोनों की आखते हैं पैसे वाले सारे पुछते पुछता कौन गरीबां
ਦਾ ਸਿਰ ਵੱਢ ਦਿੱਤਾ, ਆਪਣੀ ਅੱਖਾਂ ਵਿੱਚੋਂ ਇੱਕ ਵੀ ਅੱਥਰੂ ਨਾ ਕੇਰਿਆ। ਪੁਰਾਣੇ ਜਥੇਦਾਰ ਪੜ੍ਹਦੇ ਹੁੰਦੇ ਸਨ, ਆਹ
ਉਹ ਭੱਜਿਆ ਭੱਜਿਆ ਗਿਆ, ਉਹਦੀ ਗੱਲ ਮੰਨੀ ਤਾਂ ਉਹ ਲੋਕ ਚੱਕ ਕੇ ਆਪਣੇ ਘਰ ਲੈ ਆਇਆ। ਘਰ ਆ ਕੇ ਸਿਰ ਦੇ ਨਾਲ ਲਗਾ ਕੇ ਉੱਪਰ ਕੱਪੜਾ ਦੇ ਕੇ ਰੱਖ ਦਿੱਤਾ, ਆਪ ਸੇਵਾ ਵੱਲ ਲੱਗ ਪਿਆ। ਉਧਰੋਂ ਸਾਧ ਸੰਗਤ ਪਾਤਸ਼ਾਹ ਜੀ ਉਹਦੇ ਘਰ ਪਹੁੰਚ ਗਏ ਤੇ ਸਮਨ ਨੇ ਸਾਰਿਆਂ ਦੇ ਹੱਥ ਧੋਏ। ਜਦ ਪ੍ਰਸ਼ਾਦਾ ਛਕਾਉਣ ਲੱਗਾ ਤਾਂ ਸਤਿਗੁਰ ਜੀ ਨੇ ਸਮਨ ਨੂੰ ਆਵਾਜ਼ ਦਿੱਤੀ, ਵੇ ਸਮਨ ਮੁਸਲ ਕਿੱਥੇ ਹੈ? ਤਾਂ ਸਮਨ ਨੇ ਆਖਿਆ, ਸਤਿਗੁਰ ਜੀ ਉਹ ਤਾਂ ਕਿਤੇ ਦੂਰ ਗਿਆ ਹੈ। ਤਾਂ ਸਤਿਗੁਰ ਜੀ ਨੇ ਫਿਰ ਆਖਿਆ, ਤੂੰ ਆਵਾਜ਼ ਮਾਰ ਆ ਜਾਏਗਾ। ਤਾਂ ਸਮਨ ਨੇ ਆਖਿਆ, ਸਤਿਗੁਰ ਜੀ ਜਿੱਥੇ ਉਹ ਚਲਾ ਗਿਆ ਹੈ ਉੱਥੇ ਮੇਰੀ ਆਵਾਜ਼ ਨਹੀਂ ਪਹੁੰਚਦੀ, ਤੇ ਸਤਿਗੁਰ ਜੀ ਨੂੰ ਕੀ ਆਖਦਾ ਹੈ? ਹੱਥ ਜੋੜ ਕੇ ਸਮਨ ਨੇ ਅਰਜ ਕੀਤੀ, ਸੱਚੇ ਪਾਤਸ਼ਾਹ ਮੇਰੀ ਕੋਈ ਵਾਹ ਨਹੀਂ, ਜਿੱਥੇ ਗਿਆ ਉੱਥੋਂ ਸੱਦ ਲਿਆ, ਦੁਨੀਆਂ ਵਾਸਤੇ ਉੱਥੇ ਕੋਈ ਰਾਹ ਨਹੀਂ। ਤੁਸੀਂ ਸਰਬ ਕਲਾ ਸਮਰੱਥ ਮੇਰੇ ਸਤਿਗੁਰ ਜੀ, ਤੇਰੀ ਕਿਰਪਾ ਬਿਨਾਂ ਚੱਲਦਾ ਜਾਵੇਗਾ। ਮੇਰੀ ਤਾਂ ਇੱਕੋ ਹੀ ਇੱਛਾ ਸੀ ਆਪ ਜੀ ਨੂੰ ਪ੍ਰਸ਼ਾਦਾ ਛਕਾਉਣ ਦੀ, ਉਹ ਮੇਰੀ ਪੂਰੀ ਹੋ ਗਈ ਹੈ, ਹੁਣ ਤਾਂ ਮੇਰੇ ਜਿਉਣ ਦਾ ਚਾਅ ਹੀ ਮੁੱਕ ਗਿਆ ਹੈ। ਤਾਂ ਸਤਿਗੁਰ ਜੀ ਨੇ ਸਮਨ ਨੂੰ ਆਖਿਆ, ਸਮਨ ਭਜਨ ਕਰ। ਤਾਂ ਸਤਿਗੁਰ ਜੀ ਨੇ ਮੁਸਲ ਨੂੰ ਆਵਾਜ਼ ਮਾਰੀ, ਵੇ ਮੁਸਲ ਕਿੱਥੇ ਹੈ? ਬਾਹਰ ਆ। ਬਾਹਰ ਸਾਧ ਸੰਗਤ ਖੜੀਆਂ ਨੇ, ਉਹਨਾਂ ਨੂੰ ਪ੍ਰਸ਼ਾਦਾ ਛਕਾ, ਤੂੰ ਅੰਦਰ ਚਿੱਟੀ ਚਾਦਰ ਤਾਣ ਕੇ ਸੁੱਤਾ ਪਿਆ ਹੈ, ਇਹ ਤੇਰੇ ਵਾਸਤੇ ਠੀਕ ਨਹੀਂ। ਤਾਂ ਮੁਸਣ ਭੱਜਦਾ ਭੱਜਦਾ ਬਾਹਰ ਆਇਆ। ਧੰਨ ਸਤਿਗੁਰ, ਧੰਨ ਸਤਿਗੁਰ ਆਖਦਾ ਸਤਿਗੁਰ ਜੀ ਦੇ ਚਰਨਾਂ 'ਚ ਡਿੱਗ ਪਿਆ। Thank you.
गया। सतगुरु जी ने कृपा की, सारी वार्तालाप जो होया सम्मन मुसन का साध संगत विच सुनाया। सारी साध संगत धन सतगुरु आखदी रही। सच्चे पातशाह जी की एक आवाज के नाल ही मुसन नू जीवन दान मिल गया। तो सम्मन मुसन नू सतगुरु जी मिल गए। साध संगत जी सिख अते प्रेम दा प्यार, सिख अते गुरु दा प्यार अटुट हुंदा है। जेकर सतगुरु आप कृपा करे ताही वो निभ सकता है, नहीं तो नहीं निभ सकता। सो मैं अखीर की धारणा पढ़ के आप जी पासों खिमा मंगा। सतगुर सज्जन मिले जो होगा साहिब सो मेल। सत श्री अकाल।